ਇੱਕ ਇਮਾਨਦਾਰ ਪ੍ਰੈਡਿਕਸ਼ਨ ਦੇ ਸਕਦੇ ਹੋ ਕਿ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਤੇ ਅਕਾਲੀ ਦਲ ਫਾਈਟ ਚ ਆ ਜਾਂ ਕਿੰਨੀਆਂ ਤੁਸੀਂ ਜਿੱਤ ਸਕਦੇ ਹੋ? ਮੈਂ ਜਿਹੜਾ ਕਰਿਆ ਨਾਰੇ ਦੀ ਗੱਲ ਹੀ ਨਹੀਂ, ਇਮਾਨਦਾਰ ਜਿਹੜਾ ਮੈਂ ਇਮਾਨਦਾਰ ਕਰਿਆ, ਸਾਰੀ ਲੜਾਈ ਅਕਾਲੀ ਦਲ ਵਰਸਿਸ ਅਨਦਰ ਪਾਰਟੀ ਆ 13 ਦੀਆਂ 13 ਸੀਟਾਂ ਤੇ। ਤੁਸੀਂ 13 ਦੀਆਂ 13 ਚ ਫਾਈਟ ਭਰੋ, ਫਾਈਟ ਚ ਇੱਕ ਵੀ ਸੀਟ ਨੰਬਰ ਤਿੰਨ ਤੇ ਨਹੀਂ ਹੈ। ਠੀਕ ਹੈ, ਅਕਾਲੀ ਦਲ 13 ਦੀਆਂ 13 ਸੀਟਾਂ ਦੇ ਜਾਂ ਤਾਂ ਨੰਬਰ 1 ਹੈ ਜਾਂ ਨੰਬਰ 2 ਹੈ, ਨੰਬਰ 3 ਤੇ ਨਹੀਂ ਹੈ ਹੀ ਨਹੀਂ, ਹੈ ਹੀ ਨਹੀਂ। ਐਂਡ ਜਿਹੜੀ ਜਾਇਜ਼ਾ ਮਾਹੌਲ ਹੈ, ਤੁਸੀਂ ਹਿਸਟੋਰਿਕ ਰਿਜ਼ਲਟਸ ਦੇਖੋਗੇ, ਹਿਸਟੋਰਿਕ 13-0 ਦਾ ਬੜਾ ਦਾਅਵਾ ਹੋ ਰਿਹਾ, ਹਰ ਪਾਰਟੀ ਕਰ ਰਹੀ ਹੈ, ਤੁਸੀਂ ਕੋਈ ਨੰਬਰ ਨਹੀਂ ਕਹੋਗੇ? ਨਹੀਂ, ਜਿਹਨੇ ਇੱਕ ਮੈਂ ਤੁਹਾਨੂੰ ਪ੍ਰੈਡਿਕਸ਼ਨ ਹੋਰ ਦੇਣਾ ਜੀ, ਆਮ ਆਦਮੀ ਤੇ ਬੀਜੇਪੀ ਦੀ 0 ਹੈ, ਦੋਨਾਂ ਦੀ 0 ਹੈ। ਮਤਲਬ ਜਿਹੜੀਆਂ ਸੀਟਾਂ ਦੀ ਵੰਡ ਆ ਉਹ ਕਾਂਗਰਸ ਤੇ ਅਕਾਲੀ ਦਲ ਚ, ਇੱਕ ਦੋ ਸ਼ਾਇਦ ਕਾਂਗਰਸ ਨੂੰ ਆ ਜਾਣ। ਤੁਹਾਡੀ ਪ੍ਰੈਡਿਕਸ਼ਨ ਹੋ ਗਈ 10-11 ਅਕਾਲੀ ਦਲ, ਕੁਝ ਵੀ ਹੋ ਸਕਦਾ। ਤੁਸੀਂ ਜਾ ਕੇ ਮੇਰੇ ਨਾਲ ਟਰੈਵਲ ਕਰਕੇ ਦੇਖੋ, ਲੋਕਾਂ ਦਾ ਇੰਨਾ ਗੁੱਸਾ ਹੈ, ਲੋਕੀ ਯਾਦ ਕਰ ਰਹੇ ਬਾਦਲ ਸਾਹਿਬ ਦਾ ਰਾਜ, ਜਦੋਂ ਸੜਕਾਂ ਬਣੀ ਜਾਂਦੀਆਂ, ਪਾਵਰ ਪਲਾਂਟ ਲੱਗ ਜਾਂਦੇ, ਇੰਡਸਟਰੀ ਆਈ ਜਾਂਦੀ ਹੈ, ਹਰ ਗਰੀਬ ਨੂੰ ਸਹੂਲਤਾਂ ਮਿਲ ਜਾਂਦੀਆਂ ਸੀ। ਇੱਕ ਇਮਾਨਦਾਰ ਪ੍ਰੈਡਿਕਸ਼ਨ ਦੇ ਸਕਦੇ ਹੋ ਕਿ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਤੇ ਅਕਾਲੀ ਦਲ ਫਾਈਟ ਚ ਆ ਜਾਂ ਕਿੰਨੀਆਂ ਤੁਸੀਂ ਜਿੱਤ ਸਕਦੇ ਹੋ? ਮੈਂ ਜਿਹੜਾ ਕਰਿਆ ਨਾਰੇ ਦੀ ਗੱਲ ਹੀ ਨਹੀਂ, ਇਮਾਨਦਾਰ ਜਿਹੜਾ ਮੈਂ ਇਮਾਨਦਾਰ ਕਰਿਆ, ਸਾਰੀ ਲੜਾਈ ਅਕਾਲੀ ਦਲ ਵਰਸਿਸ ਅਨਦਰ ਪਾਰਟੀ ਆ 13 ਦੀਆਂ 13 ਸੀਟਾਂ ਤੇ। ਤੁਸੀਂ 13 ਦੀਆਂ 13 ਚ ਫਾਈਟ ਭਰੋ, ਫਾਈਟ ਚ ਇੱਕ ਵੀ ਸੀਟ ਨੰਬਰ ਤਿੰਨ ਤੇ ਨਹੀਂ ਹੈ। ਠੀਕ ਹੈ, ਇੱਕ ਵੀ ਸੀਟ ਇੰਪੋਰਟੈਂਟ ਹੈ, ਤੁਸੀਂ ਕਹਿ ਰਹੇ ਹੋ ਅਕਾਲੀ ਦਲ 13 ਦੀਆਂ 13 ਸੀਟਾਂ ਦੇ ਜਾਂ ਤਾਂ ਨੰਬਰ 1 ਹੈ ਜਾਂ ਨੰਬਰ 2 ਹੈ, ਨੰਬਰ 3 ਤੇ ਨਹੀਂ ਹੈ ਹੀ ਨਹੀਂ, ਹੈ ਹੀ ਨਹੀਂ। ਐਂਡ ਜਿਹੜੀ ਜਾਇਜ਼ਾ ਮਾਹੌਲ ਹੈ, ਤੁਸੀਂ ਹਿਸਟੋਰਿਕ ਰਿਜ਼ਲਟਸ ਦੇਖੋਗੇ, ਹਿਸਟੋਰਿਕ 13-0 ਦਾ ਬੜਾ ਦਾਅਵਾ ਹੋ ਰਿਹਾ, ਹਰ ਪਾਰਟੀ ਕਰ ਰਹੀ ਹੈ, ਤੁਸੀਂ ਕੋਈ ਨੰਬਰ ਨਹੀਂ ਕਹੋਗੇ? ਨਹੀਂ, ਜਿਹਨੇ ਇੱਕ ਮੈਂ ਤੁਹਾਨੂੰ ਪ੍ਰੈਡਿਕਸ਼ਨ ਹੋਰ ਦੇਣਾ ਹੈ ਜੀ, ਆਮ ਆਦਮੀ ਤੇ ਬੀਜੇਪੀ ਦੀ 0 ਹੈ, ਦੋਨਾਂ ਦੀ 0 ਹੈ। ਮਤਲਬ ਜਿਹੜੀਆਂ ਸੀਟਾਂ ਦੀ ਵੰਡ ਆ ਉਹ ਕਾਂਗਰਸ ਤੇ ਅਕਾਲੀ ਦਲ ਚ, ਇੱਕ ਦੋ ਸ਼ਾਇਦ ਕਾਂਗਰਸ ਨੂੰ ਆ ਜਾਣ। ਤੁਹਾਡੀ ਪ੍ਰੈਡਿਕਸ਼ਨ ਹੋ ਗਈ 10-11 ਅਕਾਲੀ ਦਲ, ਕੁਝ ਵੀ ਹੋ ਸਕਦਾ ਹੈ। ਤੁਸੀਂ ਜਾ ਕੇ ਮੇਰੇ ਨਾਲ ਟਰੈਵਲ ਕਰਕੇ ਦੇਖੋ, ਲੋਕਾਂ ਦਾ ਇੰਨਾ ਗੁੱਸਾ ਹੈ, ਲੋਕੀ ਯਾਦ ਕਰ ਰਹੇ ਬਾਦਲ ਸਾਹਿਬ ਦਾ ਰਾਜ, ਜਦੋਂ ਸੜਕਾਂ ਬਣੀ ਜਾਂਦੀਆਂ, ਪਾਵਰ ਪਲਾਂਟ ਲੱਗ ਜਾਂਦੇ, ਇੰਡਸਟਰੀ ਆਈ ਜਾਂਦੀ ਹੈ, ਹਰ ਗਰੀਬ ਨੂੰ ਸਹੂਲਤਾਂ ਮਿਲ ਜਾਂਦੀਆਂ ਸੀ। ਇੱਕ ਇਮਾਨਦਾਰ ਪ੍ਰੈਡਿਕਸ਼ਨ ਦੇ ਸਕਦੇ ਹੋ ਕਿ ਅਕਾਲੀ ਦਲ ਨੂੰ ਕਿੰਨੀਆਂ ਸੀਟਾਂ ਤੇ ਅਕਾਲੀ ਦਲ ਫਾਈਟ ਚ ਆ ਜਾਂ ਕਿੰਨੀਆਂ ਤੁਸੀਂ ਜਿੱਤ ਸਕਦੇ ਹੋ? ਮੈਂ ਜਿਹੜਾ ਕਰਿਆ ਨਾਰੇ ਦੀ ਗੱਲ ਹੀ ਨਹੀਂ, ਇਮਾਨਦਾਰ ਜਿਹੜਾ ਮੈਂ ਇਮਾਨਦਾਰ ਕਰਿਆ, ਸਾਰੀ ਲੜਾਈ ਅਕਾਲੀ ਦਲ ਵਰਸਿਸ ਅਨਦਰ ਪਾਰਟੀ ਆ 13 ਦੀਆਂ 13 ਸੀਟਾਂ ਤੇ। ਤੁਸੀਂ 13 ਦੀਆਂ 13 ਚ ਫਾਈਟ ਭਰੋ, ਫਾਈਟ ਚ ਇੱਕ ਵੀ ਸੀਟ ਨੰਬਰ ਤਿੰਨ ਤੇ ਨਹੀਂ ਹੈ। ਠੀਕ ਹੈ, ਇੱਕ ਵੀ ਸੀਟ ਇੰਪੋਰਟੈਂਟ ਹੈ, ਤੁਸੀਂ ਕਹਿ ਰਹੇ ਹੋ ਅਕਾਲੀ ਦਲ 13 ਦੀਆਂ 13 ਸੀਟਾਂ ਦੇ ਜਾਂ ਤਾਂ ਨੰਬਰ 1 ਹੈ ਜਾਂ ਨੰਬਰ 2 ਹੈ, ਨੰਬਰ 3 ਤੇ ਨਹੀਂ ਹੈ ਹੀ ਨਹੀਂ, ਹੈ ਹੀ ਨਹੀਂ। ਐਂਡ ਜਿਹੜੀ ਜਾਇਜ਼ਾ ਮਾਹੌਲ ਹੈ, ਤੁਸੀਂ ਹਿਸਟੋਰਿਕ ਰਿਜ਼ਲਟਸ ਦੇਖੋਗੇ, ਹਿਸਟੋਰਿਕ 13-0 ਦਾ ਬੜਾ ਦਾਅਵਾ ਹੋ ਰਿਹਾ, ਹਰ ਪਾਰਟੀ ਕਰ ਰਹੀ ਹੈ, ਤੁਸੀਂ ਕੋਈ ਨੰਬਰ ਨਹੀਂ ਕਹੋਗੇ? ਨਹੀਂ, ਜਿਹਨੇ ਇੱਕ ਮੈਂ ਤੁਹਾਨੂੰ ਪ੍ਰੈਡਿਕਸ਼ਨ ਹੋਰ ਦੇਣਾ ਹੈ ਜੀ, ਆਮ ਆਦਮੀ ਤੇ ਬੀਜੇਪੀ ਦੀ 0 ਹੈ, ਦੋਨਾਂ ਦੀ 0 ਹੈ। ਮਤਲਬ ਜਿਹੜੀਆਂ ਸੀਟਾਂ ਦੀ ਵੰਡ ਆ ਉਹ ਕਾਂਗਰਸ ਤੇ ਅਕਾਲੀ ਦਲ ਚ, ਇੱਕ ਦੋ ਸ਼ਾਇਦ ਕਾਂਗਰਸ ਨੂੰ ਆ ਜਾਣ। ਤੁਹਾਡੀ ਪ੍ਰੈਡਿਕਸ਼ਨ ਹੋ ਗਈ 10-11 ਅਕਾਲੀ ਦਲ, ਕੁਝ ਵੀ ਹੋ ਸਕਦਾ ਹੈ। ਤੁਸੀਂ ਜਾ ਕੇ ਮੇਰੇ ਨਾਲ ਟਰੈਵਲ ਕਰਕੇ ਦੇਖੋ, ਲੋਕਾਂ ਦਾ ਇੰਨਾ ਗੁੱਸਾ ਹੈ, ਲੋਕੀ ਯਾਦ ਕਰ ਰਹੇ ਬਾਦਲ ਸਾਹਿਬ ਦਾ ਰਾਜ, ਜਦੋਂ ਸੜਕਾਂ ਬਣੀ ਜਾਂਦੀਆਂ, ਪਾਵਰ ਪਲਾਂਟ ਲੱਗ ਜਾਂਦੇ, ਇੰਡਸਟਰੀ ਆਈ ਜਾਂਦੀ ਹੈ, ਹਰ ਗਰੀਬ ਨੂੰ ਸਹੂਲਤਾਂ ਮਿਲ ਜਾਂਦੀਆਂ ਸੀ।